ਸਵਾਗਤ ਕਰਦੇ ਹਾਂ ਜੀ ਅੱਜ ਦੀ ਕਲਾਸ ਦੇ ਵਿੱਚ ਜੋ ਮਾਸਟਰ ਕੇਡਰ ਪੰਜਾਬੀ ਨਾਲ ਸੰਬੰਧਿਤ ਚੱਲ ਰਹੀਆਂ ਨੇ ਸਵੈ ਜੀਵਨੀਕਾਰ ਦੀ ਇਹ ਸੀਰੀਜ਼ ਹੈ ਉਸਦਾ ਲਾਸਟ ਪਾਰਟ ਹੈ ਜੀ ਇਹ ਮਾਸਟਰ ਕੇਡਰ ਨਾਲ ਹੁਣ ਤੱਕ ਜਿੰਨਾ ਕੰਮ ਕਰ ਚੁੱਕੇ ਹਾਂ ਉਹਦੀ ਥੋੜ੍ਹੀ ਜਾਣਕਾਰੀ ਦਿੰਦੇ ਹਾਂ। ਨਾਵਲਕਾਰ ਆਪਾਂ 5 ਕਰ ਚੁੱਕੇ ਹਾਂ, ਨਾਟਕਕਾਰ 3, ਇਕਾਂਗੀਕਾਰ ਆਪਾਂ 5 ਕਰ ਚੁੱਕੇ ਹਾਂ ਅਤੇ ਸਵੈ ਜੀਵਨੀਕਾਰ ਅੱਜ ਆਪਣੇ 7 ਹੋ ਜਾਣਗੇ। ਇਸ ਤੋਂ ਬਿਨਾਂ ਆਪਾਂ ਜੋਬ ਦੀਆਂ 5 ਅਪਡੇਟ ਦੇ ਚੁੱਕੇ ਹਾਂ ਅਤੇ ਅੱਜ ਜਿਹੜੀ ਹੈਗੀ ਹੈ 6ਵੀਂ ਅਪਡੇਟ ਜੋਬ ਦੀ ਆ ਜਾਏਗੀ। ਅਜੀਤ ਕੌਰ ਜੀ, ਅਜੀਤ ਕੌਰ ਦੇ ਨਾਂ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਦੇ ਕਹਾਣੀ ਖੇਤਰ ਦੇ ਵਿੱਚ ਬਹੁਮੁੱਲਾ ਯੋਗਦਾਨ ਹੈ, ਉਸ ਦੀ ਗੱਲ ਕਰਦੇ ਹਾਂ। ਅਜੀਤ ਕੌਰ ਦਾ ਜਨਮ 26 ਨਵੰਬਰ 1934 ਨੂੰ ਹੁੰਦਾ ਜੀ। ਉਹ ਆਜ਼ਾਦੀ ਤੋਂ ਬਾਅਦ ਪੰਜਾਬੀ ਦੇ ਸਾਹਿਤਕਾਰ ਅਤੇ ਗਲਪ ਖਾਸ ਕਰਕੇ ਕਹਾਣੀ ਦੇ ਵਿੱਚ ਇੱਕ ਵਿਲੱਖਣ ਥਾਂ ਰੱਖਦੇ ਆ। ਉਹਨਾਂ ਨੇ ਔਰਤ ਮਰਦ ਦੇ ਸੰਬੰਧਾਂ ਨੂੰ ਬੜੀ ਹੀ ਬੇਵਾਕੀ ਅਤੇ ਡੂੰਘਾਈ ਦੇ ਨਾਲ ਪੇਸ਼ ਕੀਤਾ ਹੈ। ਮਨੁੱਖੀ ਜੀਵਨ ਦੀਆਂ ਭਾਵਨਾਵਾਂ, ਤੀਵੀਂ ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਅਤੇ ਜਜ਼ਬਾਤੀ ਟੱਕਰ ਨੂੰ, ਇਕੱਲਤਾ ਦੀ ਉਦਾਸੀ ਨੂੰ, ਮਨੁੱਖੀ ਰਿਸ਼ਤਿਆਂ ਦੀਆਂ ਉਲਝਣਾਂ ਨੂੰ, ਪੰਜਾਬ ਦੇ ਸੰਤਾਪ ਨੂੰ ਬੜੀ ਹੀ ਦਲੇਰੀ ਦੇ ਨਾਲ ਬਿਆਨ ਕੀਤਾ। ਸਾਥੀ ਲੁਧਿਆਣਵੀ ਲਿਖਦੇ ਆ ਜੀ, ਉਹਨਾਂ ਦੇ ਅਨੁਸਾਰ ਦਿੱਲੀ ਦੇ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ਼ ਦੇ ਵੱਧ ਰਹੇ ਸੰਤਾਪ ਤੋਂ ਲੈ ਪੰਜਾਬ ਦੀ 80ਵੀਆਂ ਦੀ ਸਥਿਤੀ ਤੋਂ ਪੈਦਾ ਹੋਏ ਦੁਖਾਂਤ ਤੀਕ ਉਸ ਦੀ ਕਲਮ ਬੜੀ ਸਿੱਧਤ ਦੇ ਨਾਲ ਲੇਖ ਅਤੇ ਕਹਾਣੀਆਂ ਲਿਖੀਆਂ ਹਨ। 80ਵੀਆਂ ਦੀ ਗੱਲ ਕਰਦੇ ਹਾਂ, 80ਵੇਂ ਦਹਾਕੇ ਦੀ, ਤਾਂ ਸਭ ਨੂੰ ਪਤਾ ਕਿ 80ਵੇਂ ਦਹਾਕੇ ਦੇ ਵਿੱਚ 1984 ਦੇ ਵਿੱਚ ਜੋ ਦੁਖਾਂਤ ਵਾਪਰਿਆ ਸਭ ਨੂੰ ਪਤਾ ਜੀ। ਉਸ ਤੋਂ ਬਿਨਾਂ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਹੋਰ ਦੌਰ ਆਉਂਦੇ ਨੇ ਕਈ ਇਸ ਤਰ੍ਹਾਂ ਦੇ ਜੋ ਪੰਜਾਬੀ ਦੇ ਲਈ ਬਹੁਤ ਹੀ ਕਹਿ ਲਓ ਦੁਖਦਾਈ ਰਹੇ ਆ। ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਕੇਵਲ ਨਾਰੀ ਦਾ ਸੰਘਰਸ਼ ਹੀ ਨਹੀਂ ਦਿਖਾਇਆ, ਸਗੋਂ ਸਮਾਜਿਕ ਅਤੇ ਸਿਆਸੀ ਵਿਗਾੜਾਂ, ਸੱਤਾ ਦੇ ਗਲਿਆਰਿਆਂ ਵਿੱਚ ਜੋ ਬੇਸ਼ਰਮ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੋਰਦਾਰ ਮੁਹਿੰਮ ਵੀ ਛੇੜਦੀ ਨਜ਼ਰ ਆਉਂਦੇ ਆ। ਅਜੀਤ ਕੌਰ ਦਾ ਖਿਆਲ ਹੈ ਜੀ ਨਾਰੀਵਾਦ ਬਾਰੇ, ਨਾਰੀਵਾਦ ਦਾ ਮਤਲਬ ਅੰਦਰ ਦੀ ਮਜ਼ਬੂਤੀ ਪੈਦਾ ਕਰਨਾ, ਔਰਤ ਦੇ ਅੰਦਰ ਮਰਦਾਂ ਦੇ ਵਿਰੁੱਧ ਹੋਣਾ ਇਸ ਦਾ ਮਤਲਬ ਨਹੀਂ ਹੈ। ਮੁੱਢਲਾ ਜੀਵਨ ਜੀ, ਮੁੱਢਲੇ ਜੀਵਨ ਦੀ ਗੱਲ ਕਰਦੇ ਹਾਂ। ਅਜੀਤ ਕੌਰ ਦਾ ਜੀ ਜਨਮ 16 ਨਵੰਬਰ 1934 ਨੂੰ ਲਾਹੌਰ ਵਿਖੇ ਪਿਤਾ ਮੱਖਣ ਸਿੰਘ ਬਜਾਜ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੁੰਦਾ ਹੈ। ਮੁੱਢਲੀ ਸਿੱਖਿਆ ਉਹਨਾਂ ਨੇ ਸੈਕਰਡ ਹਾਰਟ ਸਕੂਲ ਤੋਂ ਲਈ ਹੈ ਅਤੇ ਖਾਲਸਾ ਹਾਈ ਸਕੂਲ ਲਾਹੌਰ ਤੋਂ ਉਹ ਅੱਗੇ ਦੀ ਪੜ੍ਹਾਈ ਕਰਦੇ ਆ। ਅਜੇ ਉਹ 10ਵੀਂ ਵਿੱਚ ਹੀ ਸਨ ਜਦੋਂ ਦੇਸ਼ ਦੀ ਵੰਡ ਕਾਰਨ ਪਰਿਵਾਰ ਸ਼ਿਮਲੇ ਆ ਜਾਂਦਾ ਹੈ। 1948 ਵਿੱਚ ਉਹਨਾਂ ਨੇ ਦਿੱਲੀ ਤੋਂ MA ਇਕਨੋਮਿਕਸ ਅਤੇ BEd ਕੀਤੀ। ਉਸਨੇ ਉਰਦੂ ਅਤੇ ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ। ਸਾਹਿਤ ਖੇਤਰ ਤੋਂ ਲੈ ਕੇ ਨੌਕਰੀ ਤੱਕ ਦਾ ਸਫ਼ਰ ਉਹਦੀ ਗੱਲ ਕਰਦੇ ਹਾਂ ਜੀ। ਸਾਹਿਤ ਦੇ ਵੱਲ ਉਹਨਾਂ ਦਾ ਝੁਕਾਅ ਹੋਣ ਕਰਕੇ ਉਹਨਾਂ ਨੇ ਉਰਦੂ, ਅੰਗਰੇਜ਼ੀ ਅਤੇ ਪੰਜਾਬੀ ਦਾ ਅਧਿਐਨ ਕੀਤਾ। 1952 ਦੇ ਵਿੱਚ ਅਜੀਤ ਕੌਰ ਦਾ ਵਿਆਹ ਡਾਕਟਰ ਰਜਿੰਦਰ ਸਿੰਘ ਦੇ ਨਾਲ ਹੁੰਦਾ ਹੈ ਅਤੇ ਉਹਨਾਂ ਦੀਆਂ 2 ਬੇਟੀਆਂ ਹੁੰਦੀਆਂ, ਅਰਪਣਾ ਅਤੇ ਕੈਂਡੀ। ਅਜੀਤ ਕੌਰ ਦਾ ਵਿਆਹ ਜਿਹੜਾ ਬਹੁਤਾ ਚਿਰ ਕਾਇਮ ਨਹੀਂ ਰਹਿ ਸਕਿਆ ਅਤੇ ਉਹਨਾਂ ਦੇ ਆਪਣੇ ਪਤੀ ਨਾਲ ਅਣਬਣ ਹੋ ਗਈ ਅਤੇ ਉਹ ਆਪਣੀਆਂ ਦੋਹਾਂ ਬੇਟੀਆਂ ਨੂੰ ਲੈ ਕੇ ਅਲੱਗ ਰਹਿਣ ਲੱਗ ਜਾਂਦੇ ਆ। ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਉਹ ਅਖਬਾਰਾਂ ਦੇ ਲਈ ਲਿਖਣਾ ਸ਼ੁਰੂ ਕਰਦੇ ਆ। ਉਸ ਨੇ ਸਰਕਾਰੀ ਅਧਿਆਪਕਾ ਦੇ ਤੌਰ 'ਤੇ ਸਕੂਲ ਵਿੱਚ ਨੌਕਰੀ ਵੀ ਕੀਤੀ ਹੈ। ਸਾਹਿਤਕ ਸਫ਼ਰ ਦੀ ਗੱਲ ਕਰਦੇ ਹਾਂ ਅਜੀਤ ਕੌਰ ਦੇ ਜੀ, ਉਹਨਾਂ ਨੇ ਪਹਿਲੀ ਕਹਾਣੀ ਮੁਲਾਕਾਤ 1948 ਦੇ ਅੰਤ ਵਿੱਚ ਲਿਖੀ ਹੈ। ਉਹ BA ਹੀ ਕਰ ਰਹੇ ਸੀ। ਗੁਲਵਾਨੋ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1963 ਦੇ ਵਿੱਚ ਛਪਿਆ ਅਤੇ ਉਸ ਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਹੋਰ ਕਹਾਣੀ ਸੰਗ੍ਰਹਿ ਬੁੱਤ, ਮਹਿਕ ਦੀ ਮੌਤ, ਫਾਲਤੂ ਔਰਤ ਬਹੁਤ ਪ੍ਰਸਿੱਧ ਹੈ ਉਹਨਾਂ ਦਾ ਜੀ, ਮੌਤ ਅਲੀ ਬਾਬੇ ਦੀ, ਸਾਵੀਆਂ ਚਿੜੀਆਂ ਨਾ ਮਾਰੋ ਕਾਫੀ ਪ੍ਰਸਿੱਧ ਹੈ ਜੀ ਉਹਨਾਂ ਦਾ, ਆਪਣੇ ਆਪਣੇ ਜੰਗਲ ਆਦਿ ਛਪੇ ਹੈ ਜੀ। ਅਜੀਤ ਕੌਰ ਨੇ ਨਾਵਲ ਵੀ ਲਿਖਿਆ ਜੀ, ਉਹਨਾਂ ਦਾ ਧੁੱਪ ਵਾਲਾ ਸ਼ਹਿਰ ਪੋਸਟ ਮਾਰਟਮ ਕਾਫੀ ਪ੍ਰਸਿੱਧ ਹੁੰਦਾ। ਇਸ ਤੋਂ ਬਿਨਾਂ ਗੌਰੀ ਦਾ ਵੀ ਜ਼ਿਕਰ ਆਉਂਦਾ ਜੀ, ਉਹਨਾਂ ਦੇ ਚਰਚਿਤ ਨਾਵਲਾਂ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ। ਇਸ ਤੋਂ ਇਲਾਵਾ ਸਵੈ ਜੀਵਨੀ
ਖੇਤਰ ਵਿੱਚ ਵੀ ਉਹਨਾਂ ਨੇ ਲਿਖਿਆ ਕੂੜਾ ਕਵਾੜਾ ਖਾਨਾ ਬਦੋਸ਼ ਉਹਨਾਂ ਦੀ ਜਿਹੜੀ ਹੈਗੀ ਆ ਸ਼ਾਹਕਾਰ ਰਚਨਾਵਾਂ ਨੇ। ਵਿਸ਼ੇ ਲਿਖਤਾਂ ਵਿੱਚ ਕਿਹੜੇ ਕਿਹੜੇ ਵਿਸ਼ਿਆਂ ਨੂੰ ਉਹਨਾਂ ਨੇ ਛੋਹਿਆ ਗਾ ਉਹਦੀ ਗੱਲ ਕਰਦੇ ਹਾਂ ਜੀ। ਉਹਨਾਂ ਨੇ ਇਸਤਰੀ ਦੀ ਸਮਾਜਿਕ ਸਥਿਤੀ ਅਤੇ ਦੱਬੇ ਕੁਚਲੇ ਅਰਮਾਨਾਂ ਨੂੰ ਆਪਣੀ ਕਹਾਣੀ ਦਾ ਆਧਾਰ ਬਣਾਇਆ। ਉਸ ਦੀਆਂ ਵਧੇਰੇ ਕਹਾਣੀਆਂ ਇਸਤਰੀ ਮਰਦ ਦੇ ਰਿਸ਼ਤੇ ਨਾਲ ਸੰਬੰਧਿਤ ਹੈ। ਉਹ ਸੈਕਸ ਨੂੰ ਜ਼ਿੰਦਗੀ ਦਾ ਧੁਰਾ ਮੰਨਦੀ ਹੈ, ਸਾਹਿਤ ਵਿੱਚ ਇਸ ਦੇ ਪ੍ਰਗਟਾ ਤੋਂ ਗਰੇਜ਼ ਨਹੀਂ ਕਰਦੀ ਹੈ। ਉਸ ਦੀਆਂ ਕਹਾਣੀਆਂ ਵਿੱਚ ਔਰਤ ਮਰਦ ਦੇ ਰਿਸ਼ਤੇ ਵਰਜਿਤ ਰਿਸ਼ਤਿਆਂ ਦੇ ਅਧੀਨ ਪੇਸ਼ ਹੋਏ ਹਨ। ਉਸ ਦੀ ਪਹਿਚਾਣ ਪੰਜਾਬੀ ਕਹਾਣੀ ਜਗਤ ਵਿੱਚ ਯਥਾਰਥਵਾਦੀ ਕਹਾਣੀਕਾਰ ਦੇ ਤੌਰ 'ਤੇ ਬਣਦੀ ਹੈ। ਉਹ ਕਹਾਣੀਆਂ ਦੇ ਵਿੱਚ ਔਰਤ ਦੀ ਹੋਂਦ 'ਤੇ ਫੋਕਸ ਕਰਦੀ ਹੈ ਅਤੇ ਔਰਤ ਦੀ ਪਰੰਪਰਾਗਤ ਰੂਪਾਂ ਦੀ ਥਾਂ 'ਤੇ ਨਵੇਂ ਰੂਪਾਂ ਨੂੰ ਚਿੱਤਰਦੀ ਹੈ। ਉਹ ਔਰਤ ਦੀ ਹੋਂਦ, ਪਿਆਰ, ਵਿਆਹ, ਸਰੀਰਕ ਰਿਸ਼ਤਿਆਂ ਦੇ ਨਵੇਂ ਪ੍ਰਤੀਮਾਨ ਸਿਰਜਦੀ ਹੈ। ਫਾਲਤੂ ਔਰਤ ਦੇ ਕਲਪਨਿਕ ਬਿੰਬ ਰਾਹੀਂ ਉਹ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਮਨ ਵਿੱਚ ਉਪਜਦੀ ਉਦਾਸੀ, ਉਪਰਾਮਤਾ, ਇਕੱਲੇਪਨ, ਬੇਗਾਨਗੀ ਨੂੰ ਬਖੂਬੀ ਦੇ ਨਾਲ ਚਿਤਰਿਆ। ਉਸ ਦਾ ਕਹਾਣੀ ਬਿਆਨ ਕਰਨ ਦਾ ਢੰਗ ਬੜਾ ਹੀ ਬੇਵਾਕ ਅਤੇ ਨਿਡਰ ਹੈ। ਇਸ ਤੋਂ ਇਲਾਵਾ ਜੀ, ਉਹਨਾਂ ਦੀ ਕਹਾਣੀਆਂ ਦੀ ਔਰਤ ਹੈ ਜੋ ਸਮਾਜਿਕ ਕਦਰਾਂ ਕੀਮਤਾਂ ਤੋਂ ਟੁੱਟ ਕੇ ਜੀਣ ਦੀ ਲੋਚਾ ਕਰਦੀ ਹੈ, ਪਰ ਫਿਰ ਉਹ ਪਰੰਪਰਾ ਦੇ ਵਸ ਪੈ ਕੇ ਪਹਿਲੀ ਸਥਿਤੀ ਵਿੱਚ ਪਰਤ ਜਾਂਦੀ ਹੈ। ਇਸ ਤਰ੍ਹਾਂ ਉਸ ਦੀਆਂ ਕਹਾਣੀਆਂ ਵਿਚਲੀ ਔਰਤ ਟੁੱਟਣ ਅਤੇ ਜੁੜਨ ਦੇ ਵਿਚਕਾਰ ਲਟਕੀ ਹੋਈ ਹੈ। ਇਸ ਤੋਂ ਇਲਾਵਾ ਉਸਨੇ ਆਪਣੀਆਂ ਕਹਾਣੀਆਂ ਵਿੱਚ ਸਮਾਜਿਕ, ਰਾਜਨੀਤਿਕ, ਆਰਥਿਕ ਢਾਂਚੇ ਦਾ ਵਰਣਨ ਕੀਤਾ ਅਤੇ ਇਹਨਾਂ ਵਿੱਚ ਫਸਿਆ ਹੋਇਆ ਮਨੁੱਖ ਕਿਵੇਂ ਵਾਰ ਵਾਰ ਟੁੱਟਦਾ ਉਸ ਨੂੰ ਪੇਸ਼ ਕੀਤਾ ਗਾ। ਕਹਾਣੀਆਂ ਦੇ ਪਾਤਰ, ਅਜੀਤ ਕੌਰ ਦੀਆਂ ਕਹਾਣੀਆਂ ਪਾਤਰ ਪ੍ਰਧਾਨ ਕਹਾਣੀਆਂ ਨੇ ਜੀ। ਉਹ ਕਹਾਣੀਆਂ ਦੀ ਉਸਾਰੀ ਲਈ ਕੇਂਦਰੀ ਭਾਸ਼ਾ ਪੰਜਾਬੀ ਦੀ ਵਰਤੋਂ ਕਰਦੀ ਹੈ, ਕਿਤੇ ਕਿਤੇ ਅੰਗਰੇਜ਼ੀ ਸ਼ਬਦਾਵਲੀ ਦੀ ਵਰਤੋਂ ਵੀ ਕਰਦੀ ਹੈ। ਉਹ ਆਪਣੇ ਪਾਤਰਾਂ ਦੇ ਜਜ਼ਬਾਤ ਅਤੇ ਅਰਮਾਨਾਂ ਨੂੰ ਯਥਾਰਥ ਕ੍ਰੰਗਣ ਵਿੱਚ ਪੇਸ਼ ਕਰਨ ਦਾ ਯਤਨ ਕਰਦੀ ਹੈ। ਉਸ ਦੀਆਂ ਕਈ ਕਹਾਣੀਆਂ ਹਿੰਦੁਸਤਾਨ ਦੀਆਂ ਸਾਰੀਆਂ ਜ਼ਬਾਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜ਼ਬਾਨਾਂ ਦਾ ਮਤਲਬ ਇੱਥੇ ਭਾਸ਼ਾਵਾਂ ਨੇ। ਉਸ ਦਾ ਜੀਵਨ ਪ੍ਰਤੀ ਇੱਕ ਵਿਸ਼ਾਲ ਅਤੇ ਖੁੱਲ੍ਹਾ ਨਜ਼ਰੀਆ ਯੋਗਦਾਨ ਉਹਨਾਂ ਦੁਆਰਾ ਸਾਹਿਤ ਖੇਤਰ ਵਿੱਚ ਪਾਇਆ ਹੋਇਆ ਉਸ ਦੀ ਗੱਲ ਕਰਦੇ ਹਾਂ। ਯੂਰਪ ਅਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਘੁੰਮ ਕੇ ਉਹਨਾਂ ਨੇ ਪੂਰਬੀ ਅਤੇ ਪੱਛਮੀ ਸਾਹਿਤ ਦਾ ਅਧਿਐਨ ਕੀਤਾ ਹੈ ਜੀ। ਇਸ ਕਰਕੇ ਉਹ ਪੰਜਾਬੀ ਕਹਾਣੀ ਜਗਤ ਵਿੱਚ ਇੱਕ ਅਗਾਂਹ ਵਧੂ ਕਹਾਣੀਕਾਰਾ ਦੇ ਤੌਰ 'ਤੇ ਸਥਾਪਿਤ ਹੋ ਚੁੱਕੀ ਹੈ। ਅਜੀਤ ਕੌਰ ਸਪਤਾਹਿਕ ਨਵਾਂ ਪਿੰਡ ਦੀ ਸੰਪਾਦਕ ਵੀ ਰਹੀ ਹੈ, ਰੂਪੀ ਟ੍ਰੇਡ ਅਤੇ ਇੰਡੀਅਨ ਨੈਸ਼ਨਲ ਮੈਗਜ਼ੀਨ ਦੀ ਸੰਪਾਦਨਾ ਵੀ ਕੀਤੀ ਹੈ ਉਸਨੇ। ਉਸਨੇ ਹੈਨਰੀ ਜੇਮਸ ਦੀ ਪੋਰਟਰੇਟ ਆਫ ਦਾ ਲੇਡੀ, ਹੈਥੋਰਨ ਦੀ ਸੀਕਰੇਟ ਲੈਟਰ ਅਤੇ ਐਮਰਸਨ ਦੇ ਨਿਬੰਧ ਵੀ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ। ਸੂਲੀ 'ਤੇ ਲਟਕੇ ਪਲ ਕਹਾਣੀ ਸੰਗ੍ਰਹਿ ਭਾਰਤ ਦੀਆਂ 14 ਭਾਸ਼ਾਵਾਂ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਪ੍ਰਕਾਸ਼ਿਤ ਹੋਇਆ। ਪੋਸਟ ਮਾਰਟਮ ਨੂੰ ਨਾਵਲਿਸਟ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕਾ ਜੀ। ਅਜੀਤ ਕੌਰ ਦਿੱਲੀ ਵਿੱਚ ਅਕੈਡਮੀ ਆਫ ਫਾਈਨ ਆਰਟਸ ਐਂਡ ਲਿਟਰੇਚਰ ਸਥਾਪਿਤ ਕੀਤੀ ਹੈ। ਕਲਾਕਾਰਾਂ ਅਤੇ ਸਾਹਿਤਕਾਰਾਂ ਲਈ ਪ੍ਰੇਰਣਾ ਅਤੇ ਚਾਨਣ ਮਰਾਰਾ ਸਿੱਧ ਹੋਈ ਹੈ। ਉਹ 7 ਸਾਰਕ ਮੁਲਕਾਂ ਦੇ ਲੇਖਕਾਂ, ਬੁੱਧੀਜੀਵੀਆਂ ਨੂੰ ਇਕੱਠਾ ਕਰਕੇ ਅਮਨ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਲਈ 1987 ਤੋਂ ਲਗਾਤਾਰ ਯਤਨਸ਼ੀਲ ਹੈ। ਗੱਲ ਕਰਦੇ ਹਾਂ ਜੀ ਰਚਨਾਵਾਂ ਦੇ ਵਿੱਚ। ਸਭ ਤੋਂ ਪਹਿਲਾਂ ਕਹਾਣੀ ਸੰਗ੍ਰਹਿ ਉਹਨਾਂ ਦੇ, ਕਸਾਈਵਾੜਾ, ਗੁਲਵਾਨੋ, ਮਹਿਕ ਦੀ ਮੌਤ, ਬੁੱਤ, ਸਿਕਨ, ਫਾਲਤੂ ਔਰਤ ਕਾਫੀ ਪ੍ਰਸਿੱਧ ਹੈ ਜੀ, ਸਾਵੀਆਂ ਚਿੜੀਆਂ, ਮੌਤ ਅਲੀ ਬਾਬੇ ਦੀ, ਨਾ ਮਾਰੋ ਬਹੁਤ ਪ੍ਰਸਿੱਧ ਹੈ ਜੀ ਉਹਨਾਂ ਦਾ, ਨਵੰਬਰ 1984, ਕਾਲੇ ਖੂਹ ਅਤੇ ਆਪਣੇ ਆਪਣੇ ਜੰਗਲ, ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਨੇ। ਨਾਵਲਾਂ ਦੀ ਗੱਲ ਕਰਦੇ ਹਾਂ ਜੀ, ਧੁੱਪ ਵਾਲਾ ਸ਼ਹਿਰ, ਪੋਸਟ ਮਾਰਟਮ, ਗੌਰੀ, ਕਟੀਆਂ ਲਕੀਰਾਂ,
ਟੁੱਟੇ ਤ੍ਰਿਕੋਣ, ਧੂੰਆਂ ਧੂੰਆਂ ਆਸਮਾਨ, ਹੌਂਕੇ ਦੀ ਹਨੇਰੀ, ਆਤਮ ਕਥਾ ਜੀ, ਆਟੋਬਾਇਓਗ੍ਰਾਫੀ ਦੀ ਗੱਲ ਕਰਦੇ ਹਾਂ ਜੀ, ਸਵੈ ਜੀਵਨੀ ਦੀ ਗੱਲ ਕਰਦੇ ਹਾਂ, ਉਹਨਾਂ ਦੁਆਰਾ ਲਿਖੀਆਂ ਗਈਆਂ ਜੀ, ਖਾਨਾਬਦੋਸ਼ ਉਹਨਾਂ ਦਾ ਪਹਿਲਾ ਖੰਡ ਹੈ ਜੀ, ਪਹਿਲਾ ਭਾਗ, ਕੂੜਾ ਕਵਾੜਾ ਦੂਜਾ ਭਾਗ ਹੈ ਜੀ, ਦੂਜਾ ਖੰਡ ਕਹਿੰਦੇ ਹਾਂ ਜੀ ਆਪਾਂ ਇਹਨੂੰ, ਯਾਦਾਂ ਅਤੇ ਯਾਤਰਾ ਵਰਤਾਂਤ ਉਹਦੀ ਗੱਲ ਕਰਦੇ ਹਾਂ ਜੀ, ਯਾਦਾਂ ਨਾਲ ਸੰਬੰਧਿਤ ਤਕੀਏ ਦਾ ਪੀਰ ਉਹਨਾਂ ਨੇ ਲਿਖਿਆ ਜੀ, ਯਾਤਰਾ ਵਰਤਾਂਤ ਨਾਲ ਸੰਬੰਧਿਤ ਕੱਚੇ ਰੰਗਾਂ ਦਾ ਸ਼ਹਿਰ ਲੰਡਨ, ਅਨੁਵਾਦ ਕਿਹੜੇ ਕਿਹੜੇ ਕੀਤੇ ਆ ਜੀ ਉਹਨਾਂ ਦੀ ਗੱਲ ਕਰਦੇ ਹਾਂ ਜੀ, ਸੀਤਾ ਕਾਂਤ ਮਹਾਪਾਤਰਾਂ ਦੀਆਂ ਕਵਿਤਾਵਾਂ ਉਹਨਾਂ ਨੇ ਅਨੁਵਾਦ ਕੀਤੀਆਂ, ਰਮਾਕਾਂਤ ਰਾਤੀਆਂ ਜਿਹੜੀਆਂ ਕਵਿਤਾਵਾਂ ਦਾ ਅਨੁਵਾਦ ਕੀਤਾ ਉਹਨਾਂ ਦੁਆਰਾ, ਸਾਹਿਤ ਅਕਾਦਮੀ ਲਈ ਉਹਨਾਂ ਨੇ ਕੁਲਵੰਤ ਸਿੰਘ ਵਿਰਕ ਉੱਤੇ ਕਿਤਾਬ ਲਿਖੀ ਆ, ਇਨਾਮ ਸਨਮਾਨ ਕਿਹੜੇ ਕਿਹੜੇ ਨਾਲ ਉਹਨਾਂ ਨੂੰ ਨਿਵਾਜਿਆ ਗਿਆ, 1979 ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਸ਼੍ਰੋਮਣੀ ਸਾਹਿਤ ਇਨਾਮ ਦਿੱਤਾ, 1983 ਦੇ ਵਿੱਚ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੇ ਵੱਲੋਂ ਉਹਨਾਂ ਨੂੰ ਸਾਹਿਤ ਇਨਾਮ ਦਿੱਤਾ ਗਿਆ, 1985 ਦੇ ਵਿੱਚ ਖਾਨਾਬਦੋਸ਼ ਜੋ ਉਹਨਾਂ ਦੀ ਆਤਮ ਕਥਾ ਹੈਗੀ ਹੈ, ਸਵੈ ਜੀਵਨੀ ਹੈਗੀ ਹੈ, ਉਹਦੇ ਲਈ ਸਾਹਿਤ ਅਕਾਦਮੀ ਦੇ ਵੱਲੋਂ ਇਨਾਮ ਦਿੱਤਾ ਗਿਆ, 1986 ਦੇ ਵਿੱਚ ਬਾਬਾ ਬਲੀ ਅਵਾਰਡ ਉਹਨਾਂ ਨੂੰ ਦਿੱਤਾ ਗਿਆ, 1999 ਦੇ ਵਿੱਚ ਭਾਰਤੀ ਭਾਸ਼ਾ ਪ੍ਰੀਸ਼ਦ ਵੱਲੋਂ ਉਹਨਾਂ ਨੂੰ ਇਨਾਮ ਦਿੱਤਾ ਗਿਆ। ਇਨਾਮਾਂ ਦੇ ਆਧਾਰ 'ਤੇ ਕੰਮ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੁਆਰਾ ਲਿਖੀਆਂ ਹੋਈਆਂ ਰਚਨਾਵਾਂ 'ਤੇ ਕਿਵੇਂ ਕਿਵੇਂ ਕੰਮ ਹੋ ਰਿਹਾ ਗਾ ਉਸ ਦੀ ਗੱਲ ਕਰਦੇ ਹਾਂ। ਉਹਨਾਂ ਦੀ ਆਤਮ ਕਥਾ ਖਾਨਾਬਦੋਸ਼ ਦਾ ਕਈ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਚੁੱਕਿਆ, ਉਹ ਹੁਣ ਤੱਕ ਆਪ ਨੂੰ ਖਾਨਾਬਦੋਸ਼ ਹੀ ਮੰਨਦੀ ਹੈ। ਅੰਗਰੇਜ਼ੀ ਦੇ ਵਿੱਚ ਇਹਨਾਂ ਕਹਾਣੀਆਂ ਦਾ ਸੰਗ੍ਰਹਿ ਡੈਡ ਐਂਡ ਚਰਚਿਤ ਰਿਹਾ ਜੀ। ਉਸ ਦੀਆਂ ਕੁਝ ਰਚਨਾਵਾਂ ਜਿਵੇਂ ਪੋਸਟਮਾਰਟਮ, ਖਾਨਾਬਦੋਸ਼, ਗੌਰੀ, ਕਸਾਈਵਾੜਾ, ਇਹ ਉਹਨਾਂ ਦੀਆਂ ਕਾਫੀ ਜ਼ਿਆਦਾ ਪ੍ਰਸਿੱਧ ਨੇ, ਕੂੜਾ ਕਵਾੜਾ, ਕਾਲੇ ਖੂਹ, ਇਹਨਾਂ ਦਾ ਹਿੰਦੀ ਵਿੱਚ ਵੀ ਅਨੁਵਾਦ ਸਾਨੂੰ ਵੇਖਣ ਨੂੰ ਮਿਲਦਾ ਹੈ। ਉਸ ਦੀਆਂ 7 ਕਿਤਾਬਾਂ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋ ਗਈਆਂ ਹਨ। ਨਾ ਮਾਰੋ ਉੱਤੇ ਵੀ TV ਸੀਰੀਅਲ ਬਣਾਇਆ ਜਾ ਚੁੱਕਿਆ, ਗੁਲਬਾਨੋ, ਚੌਖਟ, ਮਾਮੀ ਉੱਤੇ ਟੈਲੀਫਿਲਮਾਂ ਦਾ ਫਰਮਾਂਕਣ ਕੀਤਾ ਜਾ ਚੁੱਕਿਆ। ਧੰਨਵਾਦ ਜੀ ਵੀਡੀਓ ਨੂੰ ਦੇਖਣ ਦੇ ਲਈ, ਤੁਹਾਡਾ ਜੋ ਸਪੋਰਟ ਹੈ ਉਹਦੇ ਲਈ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਅਤੇ ਨਾਲ ਦੇ ਨਾਲ ਆਪਣੀ ਮਾਸਟਰ ਗਾਈਡਰ ਦੀ ਤਿਆਰੀ ਵੀ ਕਰ ਰਹੇ ਹੋ। ਨੋਟਸਾਂ ਦੇ ਰੂਪ ਵਿੱਚ ਵੀਡੀਓ ਨੂੰ ਦੇਖ ਕੇ ਤੁਸੀਂ ਨੋਟਸ ਬਣਾਉਂਦੇ ਹੋ, ਉਹ ਚੀਜ਼ ਬਹੁਤ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੰਮ ਆਏਗੀ। ਜੋਬ ਅਪਡੇਟ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਅੱਜ ਅਗਲਾ ਪਾਰਟ ਆ ਰਿਹਾ ਜੀ। ਵੀਡੀਓ ਨੂੰ ਲਾਈਕ ਕਰਨਾ ਜੀ, ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ, ਜਿਸ ਦੇ ਨਾਲ ਆਪਣੀਆਂ ਜਿਹੜੀਆਂ ਵੀਡੀਓ ਨੇ ਹਰ ਇੱਕ ਇਨਸਾਨ ਤੱਕ ਜਲਦੀ ਨਾਲ ਪਹੁੰਚ ਸਕਣ ਅਤੇ ਪੜ੍ਹਾਈ ਦੇ ਵਿੱਚ ਕੋਈ ਦਿੱਕਤ ਨਾ ਆਵੇ। ਵੇਟ ਕਰਨਾ ਜੀ ਅਗਲੀ ਵੀਡੀਓ ਦੀ। ਅੱਜ ਆਪਣਾ ਸਵੈ ਜੀਵਨੀ ਨਾਲ ਸਾਰੇ ਜੋ ਸਵੈ ਜੀਵਨੀਕਾਰ ਸੀ ਉਹ ਸਮਾਪਤ ਹੋ ਚੁੱਕੇ ਆ, ਉਹਨਾਂ ਨੂੰ ਕਰ ਲਿਆ ਗਾ। ਉਸ ਤੋਂ ਬਾਅਦ ਹੁਣ ਆਪਾਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਾਂਗੇ ਕਹਾਣੀਕਾਰਾਂ ਨਾਲ ਸੰਬੰਧਿਤ, ਉਸ ਦੇ ਲਈ ਕੱਲ੍ਹ ਪਹਿਲੀ ਵੀਡੀਓ ਲੈ ਕੇ ਮਿਲਦੇ ਹਾਂ ਜੀ। ਕਹਾਣੀਕਾਰਾਂ ਦੇ ਨਾਲ ਕੱਲ੍ਹ ਤੋਂ ਆਪਾਂ ਨਵੀਂ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜੋ ਵੱਖ ਵੱਖ ਕਹਾਣੀਕਾਰ ਨੇ ਉਹਨਾਂ ਦੀ ਗੱਲ ਕੀਤੀ ਜਾਏਗੀ 1x1 ਕਰਕੇ। ਇੱਕ ਵਾਰ ਫਿਰ ਤੋਂ ਸਾਰਿਆਂ ਦਾ ਇੰਨਾ ਸਹਿਯੋਗ ਦੇਣ ਲਈ ਧੰਨਵਾਦ ਜੀ। ਹਮੇਸ਼ਾ ਹੀ ਚੈਨਲ ਦੇ ਨਾਲ ਬਣ ਕੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।